ਬਾਬੂ ਜੈਫਾ। ਅੱਜ ਬੜੀ ਗਰਮੀ ਸੀ ਜ਼ਿਆਦਾ, ਅਤੇ ਮੈਂ ਸਾਰਾ ਭਿੱਜਿਆ ਪਿਆ ਸੀਗਾ, ਅਤੇ ਅੱਬੂ ਰਾਰਾ ਮੈਂ ਕਿਹਾ ਫੋਨ ਮਾਰਿਆ ਘਰ, ਮੈਂ ਕਿਹਾ ਕੈਲਸੀ ਵਾਲਾ ਨਾ ਪਾਣੀ ਬਣਾ ਕੇ ਲਿਆ, ਸਿਰ ਬਾਰਾ ਮੇਰਾ ਫਟਣ ਦਿਆ। ਅੱਬੂ ਰਾਰਾ ਕੈਲਸੀ ਵਾਲਾ ਪਾਣੀ ਲੈ ਕੇ ਆਇਆ, ਅਤੇ ਉੱਧਰੋਂ ਵਪਾਰੀ ਨੂੰ ਫੋਨ ਆ ਗਿਆ ਕਣਕ ਤਲਾਈ ਸੀ ਜਿਹਨੂੰ, ਪੈਸਿਆਂ ਦਾ ਮੈਂ ਮਗਰ ਚੜਿਆ ਸੀ, ਮੈਂ ਕਿਹਾ ਸਾਨੂੰ ਜ਼ਰੂਰਤ ਆ ਪੈਸੇ ਸਾਨੂੰ ਦਿਓ। ਉਹ ਪੈਸੇ ਲੈ ਕੇ ਆਇਆ ਹੁਣ ਮੈਂ ਵਪਾਰੀ ਕੋਲੋਂ। ਲੈ ਕੇ ਆਇਆ ਤਾਂ ਗੰਦੀ ਨੀਅਤ ਆਪ ਹੀ ਕੀਤੀ ਖੜਾ, ਮੈਂ ਆਇਆ ਮੈਂ ਉਦੋਂ ਵਪਾਰੀਆਂ ਨੂੰ ਚਲ ਗਿਆ ਲੈ ਕੇ ਹੱਥ 'ਚ, ਹੁਣ ਆਪ ਹੀ ਨੂੰ ਆਪ ਪੀਣ ਲੱਗ ਪਿਆ ਵਿੱਚੋਂ, ਗਰਮੀ ਮੈਨੂੰ ਲੱਗੀ ਹੈ ਕਿਤੇ ਨੂੰ। ਅਤੇ ਵਪਾਰੀ ਕੋਲ ਗਿਆ ਅਤੇ ਉਹਨੇ ਸਾਰੀ ਭਾਣ ਦੇ ਤੀ, ਮਾਂ ਜੀ ਹੋਈ ਅੱਬੂ ਰਾਰਾ ਇੱਧਰ ਦੇ ਇੱਧਰ ਦੇ ਭਾਣ। ਹਾਂ ਕੀ ਹੈ ਅੱਬੂ ਰਾਰਾ ਹੈਰਾਨ ਹੋ ਗਿਆ, ਇਹ ਕੀ ਇੱਦਾਂ, ਇਹ ਪੁੱਤ ਸੌ ਸੌ ਵਾਲੇ ਪੈਸੇ। ਹਾਂ ਇਹ ਸੌ ਸੌ ਵਾਲੇ ਆਪਣੇ ਨਹੀਂ ਹੋ, ਇਹ ਤਾਏ ਤੇਰੇ ਦੇ ਆ, ਤਾਏ ਤੇਰੇ ਦਾਣੇ ਨਹੀਂ ਵਿੱਚ। ਹਾਂ ਉਹਦੇ ਪੈਸੇ ਤਾਏ ਤੇਰੇ ਦੇ, ਹੁਣ ਪੈਸੇ ਲੈ ਕੇ ਆ, ਉਹਨੇ ਆ ਲੱਖ ਰੁਪਈਆ ਦੇ ਦਿੱਤਾ ਵਾ, ਆਹ ਪੈਸੇ ਦੇ ਦਿੱਤੇ ਉਹਨੇ ਖੁੱਲ੍ਹੇ ਦੱਥੀ, ਦਸ ਦਸ ਸੌ ਸੌ ਵਾਲੀਆਂ। ਅਤੇ ਇਹ ਹੁਣ ਅੰਮੀ ਨੂੰ ਹੁਣ ਫੜਾ ਕੇ ਉਹਨੇ ਉੱਧਰ, ਅਤੇ ਆਹ ਪੈਸੇ ਕੁਛ ਮੈਂ ਵਿੱਚੋਂ ਲੈਣੀ ਆਪਣੀ ਤਨਖਾਹ, ਅਤੇ ਕੋਈ ਪੱਠਿਆਂ ਦੇ ਜਿਹੜਾ ਵੀਘਾ ਦੇ ਪੱਠੇ ਦਿੱਤੇ ਸੀ ਉਹਨੂੰ ਖੁਰਾਕ ਨੂੰ ਪੈਸੇ ਦੇਣੇ, ਅਤੇ ਕਿਸੇ ਕੋਲ ਜ਼ਮੀਨ ਲਈ ਸੀਗੀ ਉਹਨੂੰ ਪੈਸੇ ਦੇਣੇ, ਅਤੇ ਗਰਮੀ ਬਹੁਤ ਜ਼ਿਆਦਾ ਵਾ, ਅਤੇ ਡੰਗਰਾਂ ਦੀ ਵੀ ਕੋਈ ਹਾਲਾਤ ਕੋਈ ਨਹੀਂ। ਮੈਂ ਪੱਠੇ ਕੁਤਰਨ ਲੱਗਾ ਸੀ, ਵਪਾਰੀ ਦਾ ਫੋਨ ਆ ਗਿਆ, ਮੈਂ ਉਦੋਂ ਵਪਾਰੀ ਪੱਠ ਲੈਣ ਚਲੇ, ਆਹ ਲੈ ਜੀ ਅੱਬੂ ਰਾਰਾ ਕਹਿੰਦਾ ਮੈਂ ਗਰਮੀ ਗਰਮੀ ਹੋ ਗਿਆ, ਮੈਂ ਬੈਠਾ ਤੋਂ ਚਾੜਿਆ ਕਿ ਉਹ ਰੇਜਰਾਂ ਦੇ ਉੱਤੇ ਸੀ ਅਤੇ ਗਰਮੀ ਗਰਮੀ ਹੋਣਾ ਸੀ, ਸਿਰ 'ਤੇ ਟੋਪੀ ਲਈ ਲਾਹ ਮਾਂ ਜੀ ਵੀ ਨਹੀਂ ਗਰਮੀ ਤੋਂ। ਅਤੇ ਗਾਈਆਂ ਦਾ ਕੋਈ ਹਾਲ ਨਹੀਂ, ਗਾਈ ਵਿੱਚ ਬਿਮਾਰ ਰਹਿੰਦੀ ਵਿਚਾਰੀ, ਗਰਮੀ ਬਹੁਤ ਮਹਿਸੂਸ ਕਰਦੀ, ਮੱਝਾਂ ਵੀ ਹੌਂਕਣ ਦੀਆਂ। ਮੈਂ ਹੁੰਦਾ ਉਹਦਾ ਮੈਂ ਪੱਠੇ ਕੁਤਰ ਕੇ ਅਤੇ ਇਹਨਾਂ ਨੂੰ ਮੈਂ ਕਿਹਾ ਮੈਂ ਬੰਨਾ ਹੁਣ ਅੰਦਰ, ਅੰਦਰ ਵੀ ਬੜੀ ਗਰਮੀ ਇੰਨੀ ਹਬਸ ਹੋਈ ਪਈ ਹੈ, ਅਤੇ ਅੱਜ ਤਾਂ ਅਰਕ ਨਿਚੋੜਿਆ ਪਿਆ, ਅਰਕ ਕੋਈ ਹਾਲਾਤ ਕੋਈ ਨਹੀਂ, ਸਾਰਾ ਭਿੱਜਿਆ ਪਿਆ ਅੱਲਾ ਦੀਆਂ। ਮੈਂ ਕਹਿੰਦਾ ਪਤਾ ਨਹੀਂ ਕਿਹੜੀ ਚੀਜ਼ ਦੇ ਬਦਲੇ ਲਿਆਉਂਦੇ ਆ, ਕੋਈ ਹਾਲਾਤ ਕੋਈ ਨਹੀਂ ਮੈਂ ਕਹਿੰਦਾ। ਅਤੇ ਮੇਰੀ ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰਿਆ ਕਰੋ, ਫਾਲੋ ਲਾਈਕ ਅਤੇ ਕਮੈਂਟ ਲਾਜ਼ਮੀ ਕਰਿਆ ਕਰੋ, ਅਤੇ ਦੱਸਿਆ ਕਰੋ ਮੇਰੀ ਵੀਡੀਓ ਕੈਸੀ ਲੱਗੀ, ਅਤੇ ਸਬਸਕ੍ਰਾਈਬ ਲਾਜ਼ਮੀ ਕਰਿਆ ਕਰੋ।